एक बापू एक कुड़ी है बॉम्बे फिल्म च काम करती है उन्हें साड़ी माई बारे एक बहुत गलत जा व्यंग किया है। असी गुरु के आले हैं असी बाबे के आले हैं गल सुन बीबी असी वो तो है नहीं हुण भी जिदा की तेरी भाषा असी उदा की भाषा वरतांगे तेरी सोच बहुत नीवी है भैन मेरी है पर बस गल हो कि तड़के असी पढ़ते हैं सारे घड़ी है सुरत मत मन बुद्ध तू चारा तो वांझी रहेगी भैन तुसी इतिहास नहीं पढ़िया तुसी बस वही है थोड़ा हंकार सिर चढ़ के बोलता इस करके तुसी कुछ भी बोल देने हो। तुसी भी समझो यार इस गल नू तुसी फिल्म देखण जा वड़दे हो अहियां दी है ना ते आपां बाईकाट करिए यार ठोक के इन्हां लोकां दा। मैनूं इह परसनली गल नहीं चंगी लगी मैं बहुत चंगा आटे समझदा सी कंगना जी नू ਉਹ ਮਾਂ ਦੀ ਫੋਟੋ ਦੇਖ ਕੇ ਮੈਨੂੰ ਨਾ ਆਪਣੇ ਦਾਦੀ ਯਾਦ ਆ ਗਈ ਮੇਰੇ ਦਾਦੀ ਜੀ ਵੀ ਇੱਦਾਂ ਹੀ ਕੁੱਬ ਪਾ ਕੇ ਤੁਰਦੇ ਹੁੰਦੇ ਸੀ ਅਤੇ ਮੈਂ ਉਦੋਂ ਤੋਂ ਸਮਝਦਾ ਕਿ ਸਾਡੇ ਪੰਜਾਬ ਦੇ ਵਿੱਚ ਜਿੰਨੀਆਂ ਮਾਵਾਂ ਨੇ ਮੇਰੀਆਂ ਮਾਵਾਂ ਨੇ ਜਿੰਨੀਆਂ ਦਾਦੀਆਂ ਨੇ ਮੇਰੀ ਦਾਦੀਆਂ ਨੇ ਜੇ ਤੁਸੀਂ ਕਿਸੇ ਨੂੰ ਖੁਸ਼ ਹੀ ਕਰਨਾ ਤਾਂ ਤੁਸੀਂ ਹੋਰ ਤਰੀਕੇ ਨਾਲ ਵੀ ਖੁਸ਼ ਕਰ ਸਕਦੇ ਹੋ ਜ਼ਰੂਰੀ ਨਹੀਂ ਕਿ ਇੱਦਾਂ ਦੀਆਂ ਪੋਸਟਾਂ ਪਾ ਕੇ ਆਪਣੇ ਆਪ ਨੂੰ ਤੁਸੀਂ ਬਹੁਤ ਵੱਡਾ ਸਾਬਤ ਕਰਨਾ ਆਪਣੇ ਕੰਮ ਨਾਲ ਕੰਮ मतलब रखो थानू लोड़ नहीं आ साड़ी जिंदगी विच बढ़न दी। एक सब तो वड्डी गल एक औरत होके औरत नू बोल रही है किड्डा कलयुग आ गया। सत श्री अकाल जी एवी न्यूज़ पंजाबी वेख रहे सारे दर्शकों का स्वागत है मैं हाँ जगमीत कौर। इन्नी दिनी कंगना रनौत अपने एक ट्वीट करके विवादां च घिरी हुई है। दरअसल कंगना रनौत वालों किसानी मोर्चे च शामिल एक बुजुर्ग किसान माता का मजाक उड़ाया गया सी ਅਤੇ ਉਸ ਦੇ ਬਾਰੇ ਆਪੱਤੀਜਨਕ ਸ਼ਬਦ ਵਰਤਦਿਆਂ ਹੋਇਆ ਆਪਣੇ ਟਵਿੱਟਰ ਅਕਾਊਂਟ ਤੇ ਇੱਕ ਪੋਸਟ ਕੀਤੀ ਗਈ ਸੀ ਪਰ ਇਹ ਪੋਸਟ ਜੰਗਲ 'ਚ ਅੱਗ ਵਾਂਗੂ ਫੈਲੀ ਤੇ ਵਾਇਰਲ ਹੁੰਦਿਆਂ ਹੀ ਇਸ ਦੇ ਖਿਲਾਫ ਪੰਜਾਬੀ ਗਾਇਕ ਅਤੇ ਕਲਾਕਾਰ ਖੜੇ ਹੋ ਗਏ ਜਿੱਥੇ ਕਨਵਰ ਗਰੇਵਾਲ ਅਤੇ ਹਰਫ ਚੀਮਾ ਨੇ ਲਾਈਵ ਹੋ ਕੇ ਕੰਗਣਾ ਨੂੰ ਖਰੀਆਂ ਖੋਟੀਆਂ ਸੁਣਾਈਆਂ ਤਾਂ ਉੱਥੇ ਹੀ ਸਿੰਘਾ ਵੀ ਕੰਗਣਾ ਖਿਲਾਫ ਬੋਲਣੋਂ ਪਿੱਛੇ ਨਹੀਂ ਰਿਹਾ ਪਰ ਹੁਣ ਜੱਸੀ ਗਿੱਲ ਵਿਵਾਦਾਂ 'ਚ ਘਿਰੇ ਹੋਏ ਨੇ। ਦਰਅਸਲ ਜੱਸੀ ਗਿੱਲ ਵੱਲੋਂ ਕੰਗਣਾ ਦੇ ਇਸ ਬਿਆਨ ਖਿਲਾਫ ਕੋਈ ਵੀ ਬਿਆਨਬਾਜ਼ੀ ਨਹੀਂ ਕੀਤੀ ਗਈ ਨਾ ਹੀ ਆਪਣੇ ਟਵਿੱਟਰ ਅਕਾਊਂਟ ਤੇ ਨਾ ਹੀ ਕਿਸੇ ਹੋਰ ਸੋਸ਼ਲ ਮੀਡੀਆ ਹੈਂਡਲ ਤੇ ਕਿਉਂਕਿ ਉਸ ਦਾ ਕਾਰਨ ਇਹ ਦੱਸਿਆ ਜਾ ਰਿਹਾ ਕਿ ਜੱਸੀ ਗਿੱਲ ਨੇ ਕੰਗਣਾ ਰਨੌਤ ਨਾਲ ਪੰਗਾ ਮੂਵੀ ਕੀਤੀ ਸੀ ਜਿਸ ਦੇ ਚਾਹਦਿਆਂ ਹੀ ਨਾ ਤਾਂ ਜੱਸੀ ਗਿੱਲ ਵੱਲੋਂ ਕੰਗਣਾ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਅਨਫੋਲੋ ਕੀਤਾ ਗਿਆ ਬਲਕਿ ਉਹ ਉਸ ਨੂੰ ਫੋਲੋ ਕਰ ਰਹੇ ਨੇ ਤੇ ਉੱਥੇ ਹੀ ਜੇਕਰ ਕੰਗਣਾ ਦੀ ਪ੍ਰੋਫਾਈਲ ਵੀ ਦੇਖੀ ਜਾਵੇ ਤਾਂ ਉੱਥੇ ਵੀ ਕੰਗਣਾ ਰਨੌਤ ਜੱਸੀ ਗਿੱਲ ਨੂੰ ਫੋਲੋ ਕਰ ਰਹੀ ਹੈ। ਇਸ ਨੂੰ ਲੈ ਕੇ ਇੱਕ ਵਿਵਾਦ ਬਣਿਆ ਹੋਇਆ ਕਿ ਜੱਸੀ ਗਿੱਲ ਕਿਸਾਨਾਂ ਦੇ ਮੁੱਦੇ ਤੇ ਬੋਲ ਕੇ ਸਾਹਮਣੇ ਨਹੀਂ ਆ ਰਹੇ ਤੇ ਜਿਹੜਾ ਐਡਾ ਵੱਡਾ ਬਿਆਨ ਐਡੀ ਵੱਡੀ ਟਵੀਟ ਜਿਹੜੀ ਕਿਸਾਨਾਂ ਦੇ ਖਿਲਾਫ ਕੰਗਣਾ ਰਨੌਤ ਵੱਲੋਂ ਆਪਣੇ ਟਵਿੱਟਰ ਅਕਾਊਂਟ ਤੇ ਪੋਸਟ ਕੀਤੀ ਗਈ ਸੀ ਉਸ ਦੇ ਖਿਲਾਫ ਜੱਸੀ ਗਿੱਲ ਦੇ ਮੂੰਹੋਂ ਇੱਕ ਸ਼ਬਦ ਵੀ ਨਹੀਂ ਨਿਕਲਿਆ ਜਿਸ ਤੋਂ ਬਾਅਦ ਜੱਸੀ ਗਿੱਲ ਵੀ ਵਿਵਾਦਾਂ 'ਚ ਘਿਰੇ ਹੋਏ ਨਜ਼ਰ ਆ ਰਹੇ ਨੇ। ਹੁਣ ਆਪਣੇ ਇਸ ਵਿਵਾਦਾਂ ਤੋਂ ਜੱਸੀ ਗਿੱਲ ਕਿਵੇਂ ਪਿੱਛਾ ਹਟਾਉਂਦੇ ਨੇ ਇਸ ਤੇ ਸਾਡੀ ਨਜ਼ਰ ਬਣੀ ਰਹੇਗੀ। ਤੁਸੀਂ ਵੇਖਦੇ ਰਹੋ ਏਵੀ ਨਿਊਜ਼ ਪੰਜਾਬੀ।